ਟਰੂ ਇਨਸੀਡੈਂਟਸ ਤੋਂ ਇਹ ਇਨਸਪਾਇਰ ਫਿਲਮ ਦਸੀ ਜਾਂਦੀ ਆ ਫਿਰ ਕਿਉਂ ਨਾ ਟਾਈਮ ਲੱਗੀ ਸਿਨੇਮਾ ਕਰਨ ਚਾਉਣ ਦੇ ਲਈ ਕਿਉਂਕਿ ਲੋਕਾਂ ਨੇ ਇਹ ਫਿਲਮ ਜਿਹੜੀ ਆ ਅਕਸੈਪਟ ਨਹੀਂ ਕਰਨੀ ਜੋ ਚਾਹੀਦਾ ਸੀ ਪੰਜਾਬੀ ਇੰਡਸਟਰੀ ਨੂੰ ਉਹ ਲੈ ਕੇ ਆਏ ਤੁਹਾਡੇ ਕਿਰਦਾਰ ਕੀ ਕਹਿੰਦਾ ਹੈ ਇਸ ਫਿਲਮ ਦੇ ਵਿੱਚ ਕੀ ਕਹਾਣੀ ਹੈ ਇਸ ਕਿਰਦਾਰ ਦੀ ਜੋ ਨੈਗੇਟਿਵ ਸ਼ੀਲਡ ਹੈ ਮੇਰਾ ਇਹਦੇ ਵਿੱਚ ਅੱਛਾ ਮਾਡਲ ਤੇ ਐਕਟਰ ਦੀ ਲਾਈਫ ਦਾ ਡਿਫਰੈਂਸ ਸਮਝਣ ਦੇ ਵਿੱਚ ਤੁਹਾਨੂੰ ਕਿੰਨਾ ਟਾਈਮ ਲੱਗਿਆ ਉਸ ਦਿਨ ਸਮਝ ਆਇਆ ਸੀਗਾ ਜਿਸ ਦਿਨ ਮੈਂ ਜੀ ਮਿੱਟੀ ਫਿਲਮ ਕੀਤੀ ਕਦੀ ਨਹੀਂ ਕੀਤਾ ਕਿ ਲੀਡ ਦੇ ਵਿੱਚ ਆ ਕੇ ਫਿਲਮ ਨੂੰ ਵੀ ਕੀਤਾ ਜਾਵੇ ਮਨ ਦੀ ਇੱਛਾ ਤੇ ਬਹੁਤ ਜ਼ਿਆਦਾ ਨਹੀਂ ਅੱਜ ਨਹੀਂ ਤੇ ਕੱਲ ਨਹੀਂ ਤੇ ਅੱਜ ਨਹੀਂ ਤੇ ਕੱਲ ਜ਼ਰੂਰ ਇਹ ਹੋਵੇਗਾ ਕਿ ਮੈਂ ਲੀਡ ਤੇ ਵੀ ਕੰਮ ਕਰਾਂਗੇ ਪ੍ਰੈਸ ਦ ਬੈਲ ਆਈਕਨ ਐਂਡ ਨੈਵਰ ਮਿਸ ਅ ਵੀਡੀਓ ਫਰਮ ਨਿਊਜ਼ ਨੰਬਰ ਡਾਟ ਕਾਮ ਅਤਿਕਾਰ ਮੈਂ ਗੁਰਦੀਪ ਗਰੇਵਾਲ ਤੁਹਾਡਾ ਸਾਰਿਆਂ ਦਾ ਨਿਊਜ਼ ਨੰਬਰ 30 'ਤੇ ਸਵਾਗਤ ਕਰਦੀ ਹਾਂ ਪ੍ਰੋਗਰਾਮ ਰੰਗ ਪੰਜਾਬ ਦੇ ਨੂੰ ਤੁਸੀਂ ਇਸ ਵੇਲੇ ਵੇਖ ਰਹੇ ਹੋ ਤੇ ਅੱਜ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੀ ਉਹ ਪਰਸਨੈਲਿਟੀ ਆਪਾਂ ਤੁਹਾਡੇ ਰੂਬਰੂ ਕਰ ਰਹੇ ਹਾਂ ਜਿਹੜੇ ਪਿਛਲੇ 2 ਦਹਾਕਿਆਂ ਤੋਂ ਇਸ ਇੰਡਸਟਰੀ ਦੇ ਵਿੱਚ ਟਿਕੇ ਹੋਏ ਨੇ ਹਿਮਾਚਲੀ ਇੰਡਸਟਰੀ ਦੇ ਨਾਲ ਉਹਨਾਂ ਦੀ ਸਾਂਝ ਰਹੀ ਆ ਉਸ ਤੋਂ ਬਾਅਦ ਬਤੌਰ ਮਾਡਲ ਉਹਨਾਂ ਨੇ ਗੀਤਾਂ ਵਿੱਚ ਆਉਣਾ ਸ਼ੁਰੂ ਕੀਤਾ ਅਤੇ ਬਹੁਤ ਸਾਲ ਹੋ ਗੀਤਾਂ ਦੇ ਵਿੱਚ ਮਾਡਲਿੰਗ ਕਰਦੇ ਰਹੇ ਅਤੇ ਉਸ ਤੋਂ ਬਾਅਦ ਫਿਲਮ ਹਸ਼ਿਰ ਆਉਂਦੀਆ ਇਸੇ ਫਿਲਮ ਦੇ ਨਾਲ ਉਹਨਾਂ ਦਾ ਅਦਾਕਾਰੀ ਦਾ ਸਫ਼ਰ ਸ਼ੁਰੂ ਹੁੰਦਾ ਅਤੇ ਉਸ ਫਿਲਮ ਤੋਂ ਲੈ ਕੇ ਅੱਜ 2018 ਦੀ ਗੱਲ ਕਰ ਲਈਏ ਤਾਂ ਉਹਨਾਂ ਦੀ ਫਿਲਮ ਹੈ ਜਿਹੜੀ 2 ਨਵੰਬਰ ਨੂੰ ਜਿੰਦੜੀ ਰਿਲੀਜ਼ ਹੋਣ ਜਾ ਰਹੀ ਹੈ ਸਾਡੇ ਨਾਲ ਨੇ ਵਿਕਟਰ ਜਾਨਹਰੀ ਸਸ਼ੀ ਕਲਪਾ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਿਰ ਝੁਕਾ ਕੇ ਆਦਾਬ ਨਮਸਤੇ ਔਰ ਸਲਾਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਆਇਆਂ ਨੂੰ ਤੇ ਨਵੀਂ ਜਿਹੜੀ ਫਿਲਮ ਆ ਰਹੀ ਹੈ ਤੁਹਾਡੀ ਜਿੰਦੜੀ ਉਹਦੇ ਲਈ ਵੀ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਹੋਣ। ਸ਼ੁਕਰੀਆ ਜੀ। ਹਰ ਇੱਕ ਚੀਜ਼ ਦਾ ਮੋੜ ਕਿਤੋਂ ਨਾ ਕਿਤੋਂ ਤਾਂ ਜ਼ਰੂਰ ਹੁੰਦਾ ਹੈ ਨਾ ਸ਼ੁਰੂਆਤ ਕਿਤੋਂ ਨਾ ਕਿਤੋਂ ਜ਼ਰੂਰ ਹੁੰਦੀ ਹੈ। ਸੋ ਪਿਛਲੇ ਦੋ ਦਹਾਕਿਆਂ ਦਾ ਸਮਾਂ 20 ਸਾਲ ਕਹਿਣੇ ਸੌਖੇ ਨੇ। ਅੱਜ 2018 ਦੇ ਵਿੱਚ ਆਪਾਂ ਬੈਠੇ ਹਾਂ 2001-02 ਤੋਂ ਤੁਹਾਡੀ ਸ਼ੁਰੂਆਤ ਹੋਈ ਸੀਗੀ। ਸੋ ਕਹਿਣਾ ਬਹੁਤ ਸੌਖਾ ਪਰ ਉਹਨਾਂ ਸਾਲਾਂ ਨੂੰ ਹੰਡਾ ਕੇ ਇੱਥੇ ਤੱਕ ਪਹੁੰਚਣਾ ਬਹੁਤ ਔਖਾ ਹੁੰਦਾ ਹੈ ਨਾ। ਬਹੁਤ ਸਾਰੇ ਅਪ ਡਾਊਨਸ ਤੋਂ ਡੇ ਰਹਿੰਦੇ ਨੇ ਬਹੁਤ ਸਾਰੇ ਤਜਰਬੇ ਤੁਹਾਡੇ ਨਿੱਜੀ ਰਹਿੰਦੇ ਨੇਗੇ ਸੋ ਕਿੱਥੋਂ ਇਹ ਸ਼ੁਰੂਆਤ ਹੋਈ ਸੀ ਅਤੇ ਕਿਵੇਂ 18 ਸਾਲਾਂ ਦਾ ਸਫ਼ਰ ਹੁਣ ਤੱਕ ਤੁਸੀਂ ਤੈਅ ਕੀਤਾ ਇਹ ਸਫ਼ਰ 2001 ਤੋਂ ਸ਼ੁਰੂ ਹੋਇਆ ਸੀਗਾ ਇੰਡਸਟਰੀ ਦੇ ਵਿੱਚ ਜਿਹੜਾ ਰੁੱਖ ਮੋੜਿਆ ਸੀਗਾ ਮੈਂ ਜਦੋਂ 2000 ਦੇ ਵਿੱਚ ਮੈਂ ਆਪਣੇ ਪਲੱਸ 2 ਕੰਪਲੀਟ ਕੀਤੀ ਹੈ ਡੈਡ ਮੇਰੇ ਆਰਮੀ ਤੋਂ ਕੈਪਟਨ ਰਿਟਾਇਰਡ ਤੇ ਉਹਨਾਂ ਦਾ ਹਰ ਮਾਪਪ ਦੇ ਹੀ ਹੁੰਦਾ ਕਿ ਜੇ ਸੋ ਫੀਲਡ ਨਾਲ ਰਿਲੇਟਡ ਨੇ ਤੇ ਸਾਡਾ ਬੱਚਾ ਵੀ ਉਧਰ ਹੀ ਜਾਵੇ ਤੇ ਮੇਰਾ ਕੁਛੜਾ ਸੁਪਨਾ ਕੁਛ ਹੋਰ ਸੀਗਾ। ਤਾਂ ਪਲੱਸ 2 ਦੀ ਸਟੱਡੀ ਤੋਂ ਬਾਅਦ ਜਦੋਂ ਮੈਂ ਕੰਪਲੀਟ ਕੀਤੀ ਐ ਪਲੱਸ 2 ਤੇ ਨਰਸਿੰਗ ਵਾਸਤੇ ਮੈਂ ਮੋਗਾ ਚਲਾ ਗਿਆ ਡਾਕਟਰ ਸ਼ਾਮਰਦਲ ਥਾਪਰ ਨਰਸਿੰਗ ਇੰਸਟੀਟਿਊਟਾ ਉੱਥੇ ਨਰਸਿੰਗ ਕਰਨ ਵਾਸਤੇ ਚਲਾ ਗਿਆ। ਉਹ 2001 ਦੇ ਵਿੱਚ ਸੀ ਆਪਣਾ ਜੋ ਕਿ ਮੋਡਲਿੰਗ ਦਾ ਬੜਾ ਜ਼ੋਰ ਚੱਲ ਰਿਹਾ ਸੀਗਾ। ਉਹਨਾਂ ਦਿਨਾਂ 'ਚ ਫਜ਼ੀਕ ਨੂੰ ਲੈ ਕੇ ਵੀ ਬੜਾ ਆਪਣਾ ਲੋਕ ਅਟਰੈਕਟਿਵ ਸੀਗੇ ਕਿ ਬੋਡੀ ਬਣੋਣੀਆਂ 6 ਪੈਕ ਹੋਣੇ ਚਾਹੀਦੇ ਨੇ। ਤੇ ਉਹ ਕਾਫੀ ਅੱਛਾ ਸੀਗਾ ਮਾਹੌਲ ਮੇਰਾ ਮੇਰੇ ਇੱਕ ਫਰੈਂਡ ਸੀਗਾ ਉਸਨੇ ਮੈਨੂੰ ਦੱਸੇ ਕਿ ਇੱਕ ਮੋਡਲਿੰਗ ਦਾ ਸ਼ੋਅ ਹੋ ਰਿਹਾ ਵਾ ਮੈਗਾ ਮਾਡਲ ਪੰਜਾਬ ਤੇ ਵਿਕਟਰ ਉਸੇ ਪਾਰਟਿਸਿਪੇਟ ਕਰ ਤੇ ਉਹ ਜਿੱਥੇ ਮੈਂ ਪਹੁੰਚਿਆ ਹੋਇਆ ਸੀ ਟ੍ਰੇਨਿੰਗ ਕਰਨ ਵਾਸਤੇ ਮੋਗੇ ਇਹ ਅਸਲ ਵਿੱਚ ਉੱਥੇ ਹੀ ਹੋ ਰਿਹਾ ਸੀਗਾ ਅੱਛਾ ਜਦੋਂ ਉੱਥੇ ਮੈਂ ਗਿਆ ਵਾ ਇਵਨ ਮੇਰੇ ਫਾਦਰ ਸਾਹਿਬ ਨੇ ਕਿਹਾ ਕਿ ਟ੍ਰੇਨਿੰਗ ਕਰਨੀ ਹੈ ਠੀਕ ਹੈ ਜੇ ਤੂੰ ਟ੍ਰੇਨਿੰਗ ਨਰਸਿੰਗ ਦੀ ਨਹੀਂ ਕਰੇਂਗਾ ਤਾਂ ਮੈਂ ਤਨੂੰ ਆਰਮੀ ਦੇ ਵਿੱਚ ਫੌਜ ਵਿੱਚ ਭਰਤੀ ਕਰਵਾ ਦਾਂਗਾ ਮੈਂ ਇਹ ਨਹੀਂ ਕਿ ਫੋਰਵਰਡ ਜਾਣ ਤੋਂ ਡਰਦਾ ਸੀਗਾ ਐਕਚੁਅਲੀ ਜਦ ਤੱਕ ਤੁਹਾਡਾ ਆਪਣਾ ਕੋਈ ਸੁਪਨਾ ਨਹੀਂ ਆ ਜਾਂ ਤੁਹਾਡਾ ਮਨ ਨਹੀਂ ਹੈ ਜਿਸ ਕੰਮ ਨੂੰ ਕਰਾਂਦਾ ਤੇ ਸ਼ਾਇਦ ਤੁਸੀਂ ਉਸ ਕੰਮ ਨਾਲ ਵੀ ਧੱਕਾ ਕਰੋਗੇ ਤੇ ਆਪਣੇ ਆਪ ਨਾਲ ਵੀ ਧੱਕਾ ਕਰੋਗੇ ਤੇ ਜਿਹੜੇ ਤੁਹਾਡੇ ਪਿੱਛੇ ਨੇ ਤੁਸੀਂ ਉਹਨਾਂ ਨਾਲ ਵੀ ਧੱਕਾ ਕਰੋਗੇ ਮੈਨੂੰ ਇਹ ਲੱਗਦਾ ਸੀਗਾ ਤੇ ਉਹ ਜਦੋਂ ਮੈਂ ਉੱਥੇ ਗਿਆ ਵਾਂ ਜੀ ਆਪਣਾ ਕਰਨ ਵਾਸਤੇ ਨਰਸਿੰਗ ਕਰਨ ਰਿਹਾ ਤੇ ਉਹ ਸ਼ੋਅ ਦੇ ਵਿੱਚ ਮੈਂ ਜਦੋਂ ਆਡੀਸ਼ਨ ਦਿੱਤਾ ਜਾ ਕੇ ਸਿਲੈਕਟ ਹੋ ਗਿਆ ਤੇ ਉਸੇ ਵਿੱਚ ਆਪਣਾ Winner ਆ ਗਿਆ ਫਿਰ ਉੱਥੋਂ ਹੀ ਮੈਨੂੰ ਜਿਹੜਾ ਵਾ ਬਾਕੀ ਦੇ ਸ਼ੋਅਸ ਜਿਹੜੇ ਸੀਗੇ ਉਹ ਜਿਹੜੇ ਸਪਾਂਸਰਸ ਹੋਏ ਮਿਸਟਰ ਪੰਜਾਬ ਬਣਿਆ ਸੁਪਰ ਮਾਡਲ ਪੰਜਾਬ ਬਣਿਆ ਫਿਰ ਆਪਣਾ ਮਿਸਟਰ ਅਪਰ ਇੰਡੀਆ ਅਵਾਰਡ ਮੰਨਰ ਤਾਂ ਫਿਰ ਉਸ ਤੋਂ ਬਾਅਦ ਕਾਫੀ ਟਾਈਟਲਸ ਜਿਹੜੇ ਸੀਗੇ ਉਹ ਮਿਲਦੇ ਚਲੇ ਗਏ ਤੇ 2001 ਚ ਹੀ ਜਿਹੜੇ ਮੇਰੇ ਉਸਤਾਦ ਨੇ ਮਾਡਲਿੰਗ ਦੇ ਸਨੀ ਸ਼ਰਮਾ ਜੀ ਉਹ ਮੋਗੇ ਤੋਂ ਹੀ ਨੇ ਤੇ ਜਿਹੜੇ ਮੇਰੇ ਗੋਡ ਮਦਰ ਨੇ ਉਹ ਆਪਣਾ ਸਰਬਜੀਤ ਮੰਗੜ ਜੀ ਅੱਛਾ ਗਿੱਦਾਂ ਦੀ ਰਾਣੀ ਦਾ ਜਿਨ੍ਹਾਂ ਨੂੰ ਖਿਤਾਬ ਮਿਲਿਆ ਤੇ ਉਹਨਾਂ ਦਾ ਅੱਜ ਵੀ ਬਹੁਤ ਬਹੁਤ ਮੈਂ ਸ਼ੁਕਰ ਸ਼ੁਕਰੀਆ ਦਾ ਕਰਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਫਸਟ ਟਾਈਮ ਜਿਹੜਾ ਸੀਗਾ ਉਸ ਵੀਡੀਓ ਵਾਸਤੇ ਰეკਮੈਂਡ ਕੀਤਾ ਸੀ surjeed khan ji ਦੀ ਉਹ ਵੀਡੀਓ ਸੀ ਪਹਿਲੀ ਰਸ ਪਿੰਨੀ ਪਿੰਨੀ ਵੀਨ ਵਜਾ ਚੁਕੀ ਆ ਤਾਂ ਉਸ ਤੋਂ ਬਾਅਦ سلسلہ ਜਿਹੜਾ ਸੀਗਾ ਸ਼ੁਰੂ ਹੋ ਗਿਆ ਨਾਲ ਨਾਲ ਜੀ ਨਰਸਿੰਗ ਜੀ ਤੁਸੀਂ ਆਰਮੀ ਦੀ ਤੇ ਚਲੋ ਮੇਰਾ ਮੈਸ ਵਾਲੀ ਥੀ ਛੱਡ ਰਹੀ ਆ ਤੁਸੀਂ ਖੁਦ ਹੀ ਦੱਸਿਓ ਕਿ ਮੰਨ ਨਹੀਂ ਸੀ ਉਸ ਚੀਜ਼ ਦੇ ਵਿੱਚ ਤੇ ਨਰਸਿੰਗ ਤੁਸੀਂ ਆਪਣੇ ਮਨ ਨਾਲ ਕਰ ਰਹੇ ਸੀ ਜਾਂ ਇਹ ਵੀ ਫੈਮਲੀ ਦਾ ਸੀਗਾ ਕਿਹਾ ਘਾਇਆ ਦੇਖੋ ਜੀ ਆਪਣਾ ਜਦੋਂ ਕਹਿੰਦੇ ਕਿ ਬੱਚੇ ਨੂੰ ਕਿਸੇ ਚੀਜ਼ ਤੋਂ ਮੋੜਨਾ ਹੋਵੇ ਜਾਂ ਕਿਸੇ ਚੀਜ਼ ਵੱਲ ਪੋਣਾ ਹੋਵੇ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਸਮਝਾਇਆ ਜਾਂਦਾ ਵਾ ਜਦੋਂ ਸਾਡੇ ਘਰ ਵਿੱਚ ਇਸ ਗੱਲ ਦੀ ਜਿਹੜੀ ਸੀਗੀ ਉਹ ਲੜਾਈ ਕਹਿ ਦੋ ਲੜਾਈ ਚੱਲ ਰਹੀ ਸੀਗੀ ਤੇ ਰਿਸ਼ਤੇਦਾਰਾਂ ਦਾ ਬੜਾ ਆਪਸ ਵਿੱਚ ਮਿਲਾਪ ਪਿਆਰ ਹੁੰਦਾ ਹੈ ਕਈ ਕਈ ਜਗ੍ਹਾ ਤੇ ਤੇ ਮੇਰੇ ਮਾਮਿਆਂ ਦਾ ਕਾਫੀ ਸੀਗਾ ਚਾਚਿਆਂ ਦਾ ਵੀ ਕਾਫੀ ਸੀਗਾ ਤੇ ਮਾਮੇ ਜਦੋਂ ਮਾਮੇ ਨੂੰ ਪਤਾ ਲੱਗਾ ਤੇ ਮਾਮਾ ਜੀ ਨੇ ਆ ਕੇ ਉਹ ਸਮਝਾਇਆ ਕਿ ਦੇਖ ਜੇ ਤੂੰ ਕਲਾਕਾਰ ਬਣਨਾ ਚਾਹੁੰਦਾ ਹੈ ਦੇ ਵਾਸਤੇ ਪੈਸੇ ਬਹੁਤ ਲੱਗਦੇ ਈ ਠੀਕ ਹੈ ਤੇ ਤੁਹਾਡੇ ਫਾਦਰ ਸਾਹਿਬ ਨੇ ਪੈਸੇ ਤਾਂ ਲੋਣਾ ਨਹੀਂ ਉਹ ਤਾਂ ਪਹਿਲਾਂ ਹੀ ਇਸ ਗਲਤੀ ਖਿਲਾਫ ਨੇ ਠੀਕ ਹੈ ਤੂੰ ਨਰਸਿੰਗ ਕਰ ਮੈਂ ਤੈਨੂੰ ਬਾਹਰ ਭੇਜਦਾ ਹਾਂਗਾ ਬਾਹਰ ਕਿੰਨਾ ਅੱਛਾ ਟ੍ਰੈਂਡ ਹੈ ਨਰਸਿੰਗ ਦਾ ਉੱਥੇ ਜਾ ਕੇ ਪੈਸੇ ਕਮਾਈ ਬਬੋਂਬੇ ਆ ਜੀ ਪੈਸੇ ਲਾ ਦੀ ਕਲਾਕਾਰ ਬਣ ਜੀ ਤੇ ਉਹ ਕਿਦਣਾ ਕਿਤੇ ਮਤਲਬ ਆਪਣਾ ਬੱਚਾ ਸੀਗਾ ਨਹੀਂ ਪਤਾ ਸੀਗਾ ਆਪਣਾ ਕੀ ਰੈਜਿਸਟਰਡ ਲਾਈਫ ਕੀ ਹੁੰਦੀ ਹੈ ਕਹਿਣਾ ਸੋਖਾ ਜਦੋਂ ਬੰਦਾ ਕੋਈ ਕੰਮ ਚ ਉਤਰਦਾ ਫਿਰ ਪਤਾ ਲੱਗਦਾ ਜੀ ਬਸ ਉਹਨਾਂ ਸਮਝਾਇਆ ਤੇ ਫਿਰ ਮੈਂ ਇਧਰ ਨੂੰ ਮੁੜ ਗਿਆ ਸੀਗਾ ਨਰਸਿੰਗ ਕਰਨ ਵਾਸਤੇ ਅੱਛਾ ਮਾਡਲ ਤੇ ਐਕਟਰ ਦੀ ਲਾਈਫ ਦਾ ਡਿਫਰੈਂਸ ਸਮਝਣ ਦੇ ਵਿੱਚ ਤੁਹਾਨੂੰ ਕਿੰਨਾ ਟਾਈਮ ਲੱਗਿਆ ਅ ਬਹੁਤ ਜ਼ਿਆਦਾ ਟਾਈਮ ਲੱਗਾ ਜੀ ਬਹੁਤ ਜ਼ਿਆਦਾ ਟਾਈਮ ਔਰ ਇਹ ਉਸ ਦਿਨ ਸਮਝ ਆਇਆ ਸੀਗਾ ਜਿਸ ਦਿਨ ਮੈਂ ਜੀ ਮਿੱਟੀ ਫਿਲਮ ਕੀਤੀ ਜੀ ਮਿੱਟੀ ਫਿਲਮ ਕੀਤੀ ਉਸ ਦਿਨ ਮੈਨੂੰ ਸਮਝ ਆਇਆ ਕਿ ਕੋ ਮਾਡਲ ਇੱਕ اداکار ਠੀਕ ਹੈ ਜੀ ਇਹ ਮਤਲਬ ਦੋਨੇ ਅਲਗ-ਅਲਗ ਪੀੜ੍ਹੀਆਂ ਨੇ ਤੇ ਬਸ ਉਸ ਤੋਂ ਬਾਅਦ ਹਾਂ ਇੱਕ ਟਾਈਮ ਸੀ ਜਦੋਂ ਤੁਹਾਡੀ ਮਾਡਲਿੰਗ ਦੀ ਸ਼ੁਰੂਆਤ ਹੋਈ ਹੈ ਨਾ ਅਸੀਂ ਵੀ ਉਹ ਉਹਨਾਂ ਦਿਨਾਂ ਤੋਂ ਹੀ ਤੁਹਾਨੂੰ ਹੁਣ ਤੱਕ ਮੈਨੂੰ 17-18 ਸਾਲ ਹੋ ਗਏ ਤੁਹਾਨੂੰ ਟੀਵੀ ਤੇ ਦੇਖਦੇ ਹਾਂ ਉਹਨਾਂ ਪਹਿਲਾਂ ਅਸੀਂ ਗਾਣਿਆਂ ਦੇ ਵਿੱਚ ਦੇਖਦੇ ਹੁੰਦੇ ਸੀਗੇ ਇੱਕ ਟਾਈਮ ਸੀ ਜਦੋਂ ਕਰਤਾਰ ਚੀਮਾਂ ਜੌਨ ਜ਼ਰੀ ਜਿਨ੍ਹਾਂ ਨੂੰ ਅੱਜ ਅਸੀਂ ਦક્ષਸ਼ਜੀਤ ਦਿਨਾਂ ਨਾਲ ਜਾਣਦੇ ਆਂ ਵਿਕਟਰ ਜੌਨ ਹੋਗੇ ਇਹ ਕੁਝ ਇਹੋ ਜਿਹੇ ਟੀਰੇ ਸੀਗੇ ਜਿਹੜੇ ਹਰ ਪੰਜਾਬੀ ਹਰ ਤੀਜੇ ਪੰਜਾਬੀ ਗਾਣਿਆਂ ਦੇ ਵਿੱਚ ਅਸੀਂ ਇਹਨਾਂ ਨੂੰ ਦੇਖਦੇ ਸੀ ਤੇ 6-7 ਸਾਲ ਤੁਸੀਂ ਖੂਬ ਰੱਜ ਕੇ ਹੰਡਾਏ ਨਗੇ ਹਨਾ ਮਾਡਲਿੰਗ ਦੇ ਵਿੱਚ ਉਸ ਤੋਂ ਬਾਅਦ ਇਹ ਦੌਰ ਖਤਮ ਹੋ ਗਿਆ ਮਾਡਲਸ ਦਾ ਉਹ ਪੀਰੀਅਡ ਤੁਹਾਡੇ ਲਈ ਕਿਵੇਂ ਦਾ ਸੀਗਾ ਕਿਉਂਕਿ ਇੱਕ ਟਾਈਮ ਤੇ ਐਂ ਪੀਕ ਤੇ ਰਹਿਣਾ ਲੋਕਾਂ ਦੇ ਲਈ ਹਰ ਰੋਜ਼ ਤੁਸੀਂ ਉਹਨਾਂ ਦੇ ਟੈਲੀਵਿਜ਼ਨਾਂ ਦੇ ਉੱਪਰ ਅਪੀਅਰ ਹੁੰਨੇ ਹੋ ਦਸਤਕ ਦਿਨੇ ਹੋ ਪਰ ਫਿਰ ਸੱਡਨਲੀ ਇੱਕ ਇਦਾਂ ਦਾ ਦੌਰ ਸ਼ੁਰੂ ਹੋ ਜਾਣਾ ਜਿਹਦੇ ਵਿੱਚੋਂ ਮਾਡਲਿੰਗ ਦੀ ਜ਼ਰੂਰਤ ਨਾ ਫੀਲ ਹੋਣਾ ਲੱਗਿਆ ਲੋਕਾਂ ਨੂੰ ਹਨ ਸੋ ਉਹ ਦੌਰ ਕਿਵੇਂ ਦਾ ਰਿਹਾ ਤੁਹਾਡੇ ਲਈ ਦੇਖੋ ਜੀ ਦੌਰ ਆਉਂਦੇ ਨੇ ਜਾਂਦੇ ਨੇ ਹਰ ਦੌਰ ਦਾ ਆਉਣਾ ਵੀ ਜ਼ਰੂਰੀ ਹੈ ਔਰ ਹਰ ਦੌਰ ਦਾ ਜਾਣਾ ਵੀ ਜ਼ਰੂਰੀ ਹੈ ਤਾਂ ਇਹ ਤੇ ਇਨਸਾਨ ਆਪਣੇ ਬਾਰੇ ਸਮਝ ਪੁੰਦਾ ਵਾ ਤੇ ਦੂਸਰਿਆਂ ਦੇ ਜਿਹੜਾ ਹੈਗਾ ਉਹਨਾਂ ਨੂੰ ਸਮਝਣ ਵਿੱਚ ਵੀ ਮਦਦ ਕਰਦਾ ਵਾ ਟਰੈਂਡ ਚੇਂਜ ਹੋਇਆ ਲੇਕਿਨ ਨਾਲ ਨਾਲ ਜਦੋਂ ਮੈਨੂੰ ਹਸ਼ਰ ਫਿਲਮ ਮਿਲੀ ਆ ਉਹ ਟਰੈਂਡ ਚੇਂਜ ਹੋ ਰਿਹਾ ਸੀ ਨਾਲ ਨਾਲ ਲੋ ਆਪਣਾ ਹਸ਼ਰ ਫਿਲਮ ਬਾਬੂ ਮਾਨ ਜੀ ਦੇ ਉਹ ਵੀ ਬਾਬੂ ਮਾਨ ਜੀ ਦਾ ਫੈਨ ਹੈ ਜੀ ਸ਼ੁਰੂ ਤੋਂ ਲਾਲੋ ਜੀ ਆਪਣਾ ਜਦੋਂ ਦੋਨਾਂ ਦਾ ਪਹਿਲਾ ਗਾਣਾ ਆ ਗਿਆ ਸੀਗਾ ਉਦੋਂ ਤੋਂ ਸੁਣਦੇ ਆ ਰਹੇ ਸੀਗੇ ਉਹਨਾਂ ਨੂੰ ਤੇ ਉਹ ਇੱਕ ਮੰਚ 'ਚ ਬੜੀ ਇੱਛਾ ਸੀਗੀ ਤਮੰਨਾ ਸੀਗੀ ਕਿ ਆਪਣਾ ਮਿਲਣਾ ਮਿਲਣਾ ਚਲੋ ਮਿਲ ਲਿਆ ਸੀ ਕਿਤਨਾ ਕਿਤੇ ਬਟ ਮੈਨੂੰ ਇਹ ਨਹੀਂ ਪਤਾ ਸੀਗਾ ਵੀ ਆਪਣਾ ਇਧਰ ਹੋਏ ਟਰੈਂਡ ਖਤਮ ਹੋ ਰਿਹਾ ਉਧਰ ਉਹ ਸ਼ੁਰੂ ਹੋਣ ਜਾ ਰਿਹਾ ਇਹ ਤਾਂ ਰਹੀ ਮੇਰੀ ਗੱਲ ਕਿ ਮੈਨੂੰ ਹਸ਼ਰ ਫਿਲਮ ਮਿਲ ਗਈ ਮੈਂ ਕਰ ਰਿਹਾ ਵਾਂ ਬਾਕੀ ਅੰਦਰ ਤੁਸੀਂ ਜਿਵੇਂ ਕਿਹਾ ਹਰ ਕੋਈ ਗਤੀਵਿਧੀਆਂ ਚ ਲੱਗਾ ਹੋਇਆ ਜੀ ਕਰ ਰਿਹਾ ਕੰਮ ਬਟ ਕਿਉਂ ਕਿੰਨਾ ਕ ਅੱਗੇ ਆ ਰਿਹਾ ਕਿੰਨਾ ਕ ਨਹੀਂ ਆ ਰਿਹਾ ਬਟ ਹਰ ਕੋਈ ਆਪਣੇ ਜਦ ਹੋ ਜਾਏ ਤੇ ਲੱਗਾ ਹੋਇਆ ਜੀ ਤੁਸੀਂ ਵੀ ਜਾਣਦੇ ਹੋ ਇੰਡਸਟਰੀ ਚ ਮਿਲ ਰਹੇ ਹੋ ਪਤਾ ਵੀ ਹੈ ਤੇ ਥੋੜਾ ਜਿਹਾ ਝਟਕਾ ਤਾਂ ਲੱਗਦਾ ਹੀ ਹੈ ਜੀ ਠੀਕ ਹੈ ਜਿਹੜੇ ਸੰਭਲ ਜਾਂਦੇ ਨੇ ਸੰਭਾਲ ਲੈਂਦੇ ਨੇ ਉਸ ਝਟਕੇ ਨੂੰ ਜਿਹੜਾ ਵਾ ਉਹ ਇੱਕ ਆਪਣੇ ਜੀਵਨ ਦੇ ਵਿੱਚੋਂ ਸੁਧਾਰਨ ਵਾਲੀ ਗੱਲ ਸਮਝ ਕੇ ਅੱਗੇ ਤੁਰ ਪੈਂਦੇ ਨੇ ਬਟ ਜਿਹੜੇ ਉਸ ਨੂੰ ਝਟਕੇ ਨੂੰ ਮਤਲਬ ਝਟਕਾ ਸਮਝ ਕੇ ਹੀ गिर ਜਾਂਦੇ ਨੇ ਤੇ ਮੇਰੇ ਖਿਆਲ ਨਾਲ ਉਹ ਗਿਰੇ ਰਹਿੰਦੇ ਨੇ ਬਿਲਕੁਲ ਅਸ ਗਾਣੇ ਦੇ ਵਿੱਚ ਵੀ ਜੇ ਆਪਾਂ ਮੋਸਟਲੀ ਦੇਖੀਏ ਤਾਂ ਤੁਹਾਡਾ ਇੱਕ 네ਗੇਟਿਵ ਸ਼ੇਡ ਦਿਖਾਇਆ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਹਸ਼ਰੌਂਦੀਆ 바ਵੇ ਦਾ ਕਿਰਦਾਰ ਤੁਹਾਨੂੰ ਮਿਲਦਾ ਉਹ ਵੀ ਇੱਕ 네ਗੇਟਿਵ ਸ਼ੇਡ ਸੀ ਉਸ ਤੋਂ ਬਾਅਦ ਮਿੱਟੀ ਜੇ ਹੁਣ ਬਹੁਤ ਸਾਰੀਆਂ ਫਿਲਮਾਂ ਹੁਣ ਤੱਕ ਤੁਸੀਂ ਕੀਤੀਆਂ ਆਪਾਂ ਕਹਿ ਲਈਏ ਕਿ 100 ਦੇ ਵਿੱਚੋਂ 90% ਕੰਮ ਆ ਜਿਹੜਾ ਤੁਹਾਡਾ ਉਹ 네ਗੇਟਿਵ ਸ਼ੇਡ ਦਾ ਰਿਹਾ ਇਹ ਕਿਉਂ ਇਹ ਤੁਹਾਡੀ ਪ੍ਰੇਫਰੈਂਸ ਰਹਿੰਦੀ ਸੀ ਜਾਂ ਫਿਰ ਇੱਕ ਇਮੇਜ ਲੁੱਕ ਜਾਂ ਫਿਰ ਇਮੇਜ ਜਾਂ ਫਿਰ ਲੁੱਕ ਹੀ ਇਦਾਂ ਦੀ ਬਣ ਗਈ ਸੀ ਕਿ ਉਹੀ ਰੋਲ ਤੁਹਾਨੂੰ ਆਫਰਸ ਹੋਏ ਨੇ ਦੇਖੋ ਜੀ ਜਦੋਂ ਸ਼ੁਰੂਆਤ ਹੋਈ ਏ ਗਾਣਿਆਂ ਦੀ ਜਾਂ ਹ ਸੁਰਜੀਤ ਖਾਨ ਜੀ ਦਾ ਪਹਿਲਾ ਗਾਣਾ ਕੀਤਾ ਮੇਨ ਮਾਡਲ ਕੀਤਾ ਫਿਰ ਜੋ ਬਾਕੀ-ਬਾਕੀ ਹੁੰਦੇ ਸਾਰੇ ਮੇਨ ਮਾਡਲਸ ਕਰਦੇ ਰਹੇ ਨੈ ਨੈਣਾ ਨਾ ਮਲਾਲੇ ਜਦੋਂ ਗਾਣਾ ਕੀਤਾ ਸੀਗਾ ਜੀ ਮੈਂ ਉਹਦੇ ਵਿੱਚ ਨੈਗੇਟਿਵ ਫੀਲ ਸੀ ਹ ਤੇ ਲੋਕਾਂ ਨੇ ਬਹੁਤ ਐਕਸੈਪਟ ਕੀਤਾ ਬਹੁਤ ਮਤਲਬ ਪੇਸ ਕੀਤੀ ਕੰਮ ਦੀ ਬਹੁਤ ਵਧੀਆ ਕੰਮ ਕੀਤਾ ਵਾ ਤੇ ਕਿਤਨੇ ਕਿਤੇ ਲੋਕਾਂ ਨੂੰ ਲੱਗਣ ਲੱਗ ਪਿਆ ਡਾਇਰੈਕਟਰਸ ਨੂੰ ਲੱਗਣ ਲੱਗ ਪਿਆ ਪ੍ਰੋਡੂਸਰਸ ਨੂੰ ਲੱਗਣ ਲੱਗ ਪਿਆ ਕਿ ਵਿਕਟਰ ਜਿਹੜਾ ਵਾ ਉਹ ਮਤਲਬ ਜੇ ਇਸ ਰੋਲ ਚ ਆਏ ਤਾਂ ਹੋਰ ਵੀ ਆਪਣਾ ਵਧੀਆ ਹੋ ਸਕਦਾ ਵਾ इवन ਤੁਸੀਂ ਸਾਰੇ ਗਾਣੇ ਦੇਖੋਗੇ ਮੇਰੇ ਖਿਆਲ ਨਾਲ ਇੱਕੋ ਮੇਰਾ ਉਹ ਗਾਣਾ ਸੀਗਾ ਕਨੈਕਟਿਵ ਫੇਰ ਦਾ ਮੋਸਟਲੀ ਗਾਣੇ ਜਿੰਨੇ ਵੀ ਸੀਗੇ ਉਹ ਐਜ਼ ਅ ਹੀਰੋ ਹੀ ਕੀਤੇ ਸੀਗੇ ਨੈਨ ਆਪਣੇ ਨਾਨਾ ਨਾਲ ਬੁਲਾਈ ਤੋਂ ਬਾਅਦ ਜਿੰਨੇ ਵੀ ਗਾਣੇ ਨੇ ਮਹਿਫਲਾਂ ਚ ਬੈ ਕੇ ਹੁੰਦਾ ਪੀਣ ਦਾ ਨਜ਼ਾਰਾ ਫਿਰ ਬਾਜੀ ਮਾਰ ਕੇ ਬਠੰਡੇ ਵਾਲਾ ਗੱਭਰੂ ਇੱਕ ਦਾਰੋ ਦੂਜੀ ਤੀਵੀ ਇਦਾਂ ਦੇ ਡੂਡ ਗਾਣੇ ਸਰੀ ਟੋਟਲੀ ਇਹ ਥੋੜੇ ਬਬਲੀ ਟਾਈਪ ਹੈ ਬਬਲੀ ਟਾਈਪ ਜੀ 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 ਤੇ ਮਤਲਬ ਕਿਤੇ ਲੱਗਾ ਨਹੀਂ ਮੈਨੂੰ ਜੀ ਹਾਂ ਹਾਂ ਬਟ ਕਿ ਜਦੋਂ ਹਸ਼ਰ ਫਿਲਮ ਆਈ ਆ ਬੱਬੂ ਮਾਨ ਜੀ ਦੇ ਉੱਪਰ ਜਦੋਂ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਵਾ ਇੱਕ ਮੇਰੇ ਚ ਵੈਸੇ ਜਨੂਨ ਭਰਿਆ ਸੀਗਾ ਕਿ ਭਾਈ ਜੀ ਦੇ ਨਾਲ ਮੈਂ ਕੰਮ ਕਰਨਾ ਭਾਈ ਜੀ ਦੇ ਨਾਲ ਮਿਲਣਾ ਤੇ ਹੁਣ ਉਹ ਮੈਂ ਕੰਮ ਇਨੇ ਜੋਸ਼ ਚ ਕੀਤਾ ਲੋਕਾਂ ਨੇ ਐਕਸੈਪਟ ਕਰ ਲਿਆ ਰਾਈਟ ਹਾਂਜੀ ਤੇ ਚੱਲ ਰਿਹਾ ਵਾ ਉਸ ਤਰ੍ਹਾਂ ਦਾ ਸਿਲਸਿਲਾ ਕਿ ਇਹ ਤਾਂ ਆਡਿయన్స్ ਦੇ ਉੱਤੇ ਡਿਪੈਂਡ ਹੈ ਜੀ ਦਰਸ਼ਕ ਜਿਵੇਂ ਪਿਆਰ ਬਖਸ਼ਦੇ ਨੇ ਜਿਵੇਂ ਉਹ ਮੁਹੱਬਤ ਕਰਦੇ ਨੇ ਜੇ ਆਰਟਿਸਟ ਕਲਾਕਾਰ ਉਦਾਂ ਉਹਨਾਂ ਨੂੰ ਕੰਮ ਕਰਕੇ ਨਹੀਂ ਦਿੰਦੇ ਤੇ ਮੇਰੇ ਖਿਆਲ ਨਾਲ ਕੀ ਅਸੀਂ ਉਹਨਾਂ ਦੀ ਮੁਹੱਬਤ ਨਾਲ ਖਿਲਵਾੜ ਕਰਦੇ ਹਾਂ ਜੀ ਤੁਹਾਡੇ ਐਕਸਪੀਰੀਅੰਸ ਵੀ ਬਹੁਤ ਲੰਮਾ ਰਿਹਾ ਹੈ ਪੇ ਇੰਡਸਟਰੀ ਦੇ ਵਿੱਚ ਸਾਲ ਵੀ ਬਹੁਤ ਲੱਗੇ ਨੇਗੇ ਪਰ ਹੁਣ ਤੱਕ ਵੀ ਆਪਾਂ ਤੁਹਾਨੂੰ ਹਮੇਸ਼ਾ ਸੈਕੰਡ ਲੀਡ ਜਾਂ ਫਿਰ ਕੈਰੈਕਟਰ ਰੋਲਸ ਦੇ ਵਿੱਚ ਹੀ ਦੇਖਦੇ ਆਂ ਕੀ ਲੱਗਦਾ ਕਿ ਹੀਰੋ ਲੁੱਕ ਨਹੀਂ ਆ ਰਹੀ ਹੈਗੀ ਜਾਂ ਫਿਰ ਤੁਹਾਨੂੰ ਲੱਗਦਾ ਕਿ ਉਹ ਕੈਰੈਕਟਰ ਰੋਲਸ ਹੀ ਮੈਨੂੰ ਸੂਟ ਕਰ ਦੇਣਗੇ ਕਦੀ ਨਹੀਂ ਕਿਤਾ ਕਿ ਲੀਡ ਦੇ ਵਿੱਚ ਆ ਕੇ ਫਿਲਮ ਨੂੰ ਵੀ ਕੀਤਾ ਜਾਵੇ ਦੇਖੋ ਜੀ ਮਨ ਦੀ ਇੱਛਾ ਤੇ ਬਹੁਤ ਜ਼ਿਆਦਾ ਨਹੀਂ ਜੀ ਬਟੇ ਕਿ ਡਿਪੈਂਡ ਕਰ ਰਿਹਾ ਕਿ ਅਸੀਂ ਜਸ ਇੰਡਸਟਰੀ ਚ ਕੰਮ ਕਰ ਰਹੇ ਹਾਂ ਉਹਦਾ ਮਾਹੌਲ ਕਿਵੇਂ ਦਾ ਹੈ ਹੁਣ ਜਿੰਨੇ ਵੀ ਤੁਸੀਂ ਗਾਣੇ ਦੇਖੇ ਨੇ ਉਹਨਾਂ ਵਿੱਚ ਐਜ਼ ਅ ਕਾਮੇਡੀਅਨ ਆਇਆ ਹਾਂ ਜੀ ਕਾਮੇਡੀ ਹੀ ਕਰਦਾ ਰਹੇ ਹੂੰ ਤੇ ਬਟ ਮੈਨੂੰ ਕੰਮ ਕਰਨ ਨੂੰ ਨੈਗੇਟਿਵ ਮਿਲਿਆ ਐਜ਼ ਅ ਵਿਲਨ ਲੋਕਾਂ ਨੇ ਐਕਸੈਪਟ ਕੀਤਾ ਕਰੈਕਟਰ ਦੀ ਗੱਲ ਹੁਣ ਸਕ੍ਰਿਪਟ ਜਦੋਂ ਲਿਖੀ ਜਾਂਦੀ ਹੈ ਜੀ ਮਨ ਤੇ ਮੇਰਾ ਕਿ ਮੈਂ ਆਪਣਾ ਮੇਨ ਲੀਡ ਤੇ ਕਰਾਂ ਹਰ ਬੰਦੇ ਦੀ ਇੱਛਾ ਹੈ ਕਿ ਮੈਨੂੰ ਮੇਨ ਲੀਡ ਤੇ ਕੰਮ ਕਰਨ ਨੂੰ ਮਿਲੇ ਬਟ ਜਦੋਂ ਤੁਹਾਡੇ ਲਈ ਕਰੈਕਟਰ ਲਿਖਿਆ ਗਿਆ ਵਾ ਤੁਸੀਂ ਉਹਨੂੰ ਇਮਾਨਦਾਰੀ ਨਾਲ ਨਵਾ ਦਿੱਤਾ ਵਾ ਤੇ ਅੱਜ ਨਹੀਂ ਤੇ ਕੱਲ ਨਹੀਂ ਤੇ ਅੱਜ ਨਹੀਂ ਤੇ ਕੱਲ ਜ਼ਰੂਰ ਇਹ ਹੋਵੇਗਾ ਕਿ ਮੇਨ ਲੀਡ ਤੇ ਵੀ ਕੰਮ ਕਰਾਂਗੇ ਜੀ ਬਿਲਕੁਲ ਤੇ ਹੁਣ ਆਪਾਂ ਗੱਲ ਕਰਾਂਗੇ ਤੁਹਾਡੇ 2 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ਜਿੰਦੜੀ ਦੀ ਜਿਹਨਾਂ ਨੂੰ ਜੀਡੀ ਪ੍ਰੋਡਕਸ਼ਨ ਵੱਲੋਂ ਇਸ ਫਿਲਮ ਨੂੰ ਤਿਆਰ ਕੀਤਾ ਗਿਆ ਤੇ ਆਸ਼ੀਸ਼ ਪਾਟਿਆ ਹੋਰੀ ਇਸ ਫਿਲਮ ਦੇ ਡਾਇਰੈਕਟਰ ਨੇ ਦੇਵ ਖਰੋੜ ਹੋਰੀ ਲੀਡ ਕਰ ਰਹੇ ਨੇ ਵਿਕਟਰ ਜੌਨ ਹੋਰੀ ਨੇ ਸੈਕੰਡ ਲੀਡ ਦੇ ਵਿੱਚ ਗੁੱਗੂ ਗਿੱਲ ਸਾਹਿਬ ਨੇ ਪ੍ਰੇਮ ਚੋਪੜਾ ਦ੍ਰਿਸ਼ਟੀ ਗਰੇਵਾਲ ਹੋਬੀ ਤਾਲੀਵਾਲ ਸਮੇਤ ਅਤੇ ਹੋਰ ਬਹੁਤ ਸਾਰੇ ਨਾਮੀ ਕਲਾਕਾਰ ਤੁਸੀਂ ਇਸ ਫਿਲਮ ਦੇ ਵਿੱਚ ਦੇਖੋਗੇ ਪ੍ਰੇਮ ਚੋਪੜਾ ਜੀ ਨੇ ਤੁਸੀਂ ਉਹ ਫਿਲਮ ਦੇ ਵਿੱਚ ਗੁੱਗੂ ਗਿੱਲ ਜੀ ਨੇਗੇ ਬਹੁਤ ਨਾਮੀ ਐਕਟਰ ਹੋਬੀ ਢਾਲੀਵਾਲ ਹੋਈ ਸਾਡੇ ਇਸ ਫਿਲਮ ਦੇ ਵਿੱਚ ਕੰਮ ਕਰ ਰਹੇ ਨੇ ਇਹ ਫਿਲਮ ਕਾਫੀ ਚਿਰਾਂ ਤੋਂ ਸ਼ੂਟ ਹੋਈ ਸੀਗੀ ਕਿਉਂ ਇੰਨਾ ਲੰਮਾ ਟਾਈਮ ਲੱਗ ਗਿਆ ਜਦ ਸਾਡੇ ਕੋਲ ਇੱਡੇ ਵੱਡੇ ਚਿਹਰੇ ਸੀਗੇ ਟਰੂ ਇਨਸੀਡੈਂਟਸ ਤੋਂ ਇਹ ਇਨਸਪਾਇਰ ਫਿਲਮ ਦੱਸੀ ਜਾਂਦੀ ਆ ਫਿਰ ਕਿਉਂ ਨਾ ਟਾਈਮ ਲੱਗ ਗਿਆ ਸਿਨੇਮਾ ਕਰਨ ਚਾਹਣ ਦੇ ਲਈ ਬੜੀ ਸੋਹਣੀ ਗੱਲ ਹੈ ਜੀ ਜਦੋਂ ਅਸੀਂ ਰਿਸਕ ਉੱਤੇ ਕੰਮ ਕਰਦੇ ਹਾਂ ਜੀ ਤੇ ਫਿਰ ਰਿਸਕ ਤਾਂ ਲੈਣਾ ਪੈਂਦਾ ਜੀ ਇਹ ਰਿਸਕ ਕੀ ਸੀ ਕਿ ਜਿਹੜਾ ਇੰਡਸਟਰੀ ਦਾ ਮਾਹੌਲ ਚੱਲ ਰਿਹਾ ਸੀ ਟੋਟਲੀ ਕੋਮੇਡੀ ਦਾ ਮਾਹੌਲ ਚੱਲ ਰਿਹਾ ਪ੍ਰੋਡక్షన్ ਨੂੰ ਲੱਗਾ ਕਿ ਤਨਾ ਕਿਤੇ ਕਿ ਜੇ ਮੈਂ ਫਿਲਮ ਰਿਲੀਜ਼ ਕਰ ਦਿੱਤੀ ਪੈਸਾ ਜਿਹੜਾ ਲੱਗਾ ਵਾ ਉਹ ਤਾਂ ਲੱਗਾ ਹੀ ਹੋਇਆ ਜਿਹੜਾ ਪ੍ਰੋਮੋਸ਼ਨਸ ਤੇ ਲੱਗਣਾ ਮੇਰਾ ਉਹ ਵੀ ਜਾਂਦਾ ਲੱਗੇਗਾ ਕਿਉਂਕਿ ਲੋਕਾਂ ਨੇ ਇਹ ਫਿਲਮ ਜਿਹੜੀ ਆ ਅਕਸੈਪਟ ਨਹੀਂ ਕਰਨੀ ਲੋਕਾਂ ਦੇ ਦਿਮਾਗ ਚ ਕਿ ਫਿਲਮ ਅਕਸੈਪਟ ਨਹੀਂ ਕਰਨੀ ਬਟ ਸਾਡੇ ਜਿਹੜੇ ਦਰਸ਼ਕ ਬਹੁਤ ਸਿਆਣੇ ਹੋ ਚੁੱਕੇ ਨੇ ਜੇ ਉਹ ਸਿਆਣੇ ਹੋਏ ਨੇ ਤਾਂ ਹੀ ਸਾਡੀ ਪੰਜਾਬੀ ਫਿਲਮ ਇੰਡਸਟਰੀ ਜਿਹੜੀ ਗਰੋਅ ਕਰ ਰਹੀ ਆ ਉਹ ਚਾਹੁੰਦੇ ਨੇ ਵੀ ਆਪਣਾ ਐਕਸ਼ਨ ਮੂਵੀ ਆਵੇ ਜਾਂ ਕਿਸੇ ਮੁੱਦੇ ਤੇ ਫਿਲਮ ਆਵੇ ਕਿਉਂਕਿ ਜਦੋਂ ਅਸੀਂ ਮੁੱਦੇ ਦੇ ਫਿਲਮ ਬਣਾਉਂਦੇ ਰਿਸਕੀ ਹੋ ਜਾਂਦਾ ਬਿਲਕੁਲ ਕਿਸੇ ਨਾ ਕਿਸੇ ਮੁੱਦੇ ਦੇ ਫਿਲਮ ਆਵੇ ਇਹ ਐਕਚੁਅਲੀ ਫਿਲਮ ਮੁੱਦੇ ਉੱਤੇ ਆ ਜੀ ਉਸ ਮੁੱਦੇ ਤੇ ਬਣਾਈਆਂ ਫਿਲਮ ਤੇ ਉਹ ਕਿਤਨੇ ਕਿਤੇ ਪ੍ਰੋਡੂਸਰ ਦੇ ਮਨ 'ਚ ਕੋਈ ਨਾ ਕੋਈ ਡਰ ਸੀਗਾ ਬਟ ਜਦੋਂ ਇਹ ਹਾਲਾਤ ਮੰਗ ਕੇ ਸਾਰੇ ਜਦੋਂ ਨੂੰ ਪਤਾ ਚੱਲ ਗਿਆ ਕਿ ਨਹੀਂ ਦਰਸ਼ਕ ਬਹੁਤ ਸੂਝਵਾਨ ਨੇ ਬਹੁਤ ਸਮਝਦਾਰ ਨੇ ਉਹ ਇਹ ਫਿਲਮ ਨੂੰ ਅਕਸੈਪਟ ਕਰਨਗੇ ਕਿਉਂਕਿ ਤੁਹਾਨੂੰ ਪਤਾ ਹੈ ਤੁਸੀਂ ਦੇਖ ਚੁੱਕੇ ਹੋ ਟ੍ਰੇਲਰ ਵੀ ਚੱਲ ਰਿਹਾ ਕਿ ਫਿਲਮ ਦੀ ਕਾਸਟਿੰਗ ਜਿਹੜੀ ਆ ਉਹ ਹਰ ਪੱਖੋਂ ਮਜ਼ਬੂਤ ਆ ਈਵਨ ਦੇਵ ਕਰੋੜ ਜੀ ਆਪਣਾ ਤਿੰਨ ਫਿਲਮਾਂ ਕੰਟੀਨਿਊਸਲੀ ਹਿਟ ਦੇ ਚੁੱਕੇ ਨੇ ਉਹ ਵੀ ਇਸ ਪੈਟਰਨ ਦੀ ਇਹ ਮੁੱਦੇ ਉੱਤੇ ਹੀ ਜੀ ਤੇ ਅੱਜ ਉਹ ਲੱਗ ਰਿਹਾ ਕਿ ਹਾਂ ਜੇ ਆਪਾਂ ਫਿਲਮ ਇਹ ਰਿਲੀਜ਼ ਸਾਨੂੰ ਕਰਨੀ ਚਾਹੀਦੀ ਹੈ ਤੇ ਇਸ ਕਰਕੇ ਮੈਦਾਨ ਚ ਉਤਰ ਰਹੇ ਆ ਰਿਲੀਜ਼ ਕਰ ਰਹੇ ਆ ਉਹ ਦਰਸ਼ਕਾਂ ਦੇ ਸਾਹਮਣੇ ਇਹ ਲੈ ਕੇ ਆ ਰਹੇ ਆ ਔਰ ਮੇਰਾ ਇਹ ਵਿਸ਼ਵਾਸ ਆ ਭਰੋਸਾ ਵਾ ਕਿ ਜਿਸ ਦਿਨ ਇਹ ਫਿਲਮ ਦੇਖਣਗੇ ਉਹਨਾਂ ਨੂੰ ਲੱਗੇ ਕਿ ਹਾਂ ਇੱਕ ਵਧੀਆ ਔਰ ਜੋ ਚਾਹੀਦਾ ਸੀ ਪੰਜਾਬੀ ਇੰਡਸਟਰੀ ਨੂੰ ਉਹ ਲੈ ਕੇ ਆਈ ਨੇ ਜਿਹੜੇ ਮੁੱਦੇ ਦੀ ਇਹ ਗੱਲ ਕਰਦੀ ਹੈ ਫਿਲਮ ਕਿਉਂਕਿ ਟ੍ਰੇਲਰ ਦੇਖਿਆ ਉਹਦੇ ਵਿੱਚ ਸਾਨੂੰ ਕਾਲਜ ਲਾਈਫ ਵੀ ਦਿਖ ਰਹੀ ਆ ਉਹਦੇ ਵਿੱਚ ਸਾਨੂੰ ਪੋਲੀਟਿਸ਼ੀਅਨਸ ਵੀ ਦਿਖ ਰਹੇ ਨੇ ਕਿ ਉਹਦੇ ਵਿੱਚ ਸਾਨੂੰ ਰੋਮਾਂਸ ਵੀ ਦਿਖ ਰਿਹਾ ਕਿਹੜੇ ਕਿਹੜੇ ਟਰੂ ਇਨਸੀਡੈਂਟਸ ਤੋਂ ਇਨਸਪਾਇਰ ਆ ਜਾਂ ਕਿਹੜੇ ਮੁੱਦਿਆਂ ਦੀ ਇਹ ਫਿਲਮ ਗੱਲ ਕਰਦੀ ਆ ਦੇਖੋ ਜੀ ਮੁੱਦੇ ਬਹੁਤ ਸਾਰੇ ਵਿੱਚ ਕਲਮ ਦੇ ਵਿੱਚ ਖੜੇ ਹੋਏ ਨੇ ਪਹਿਲਾ ਜਿਹੜਾ ਮੁੱਦਾ ਵਾ ਉਹ ਇੱਕ ਰੇਪ ਕੇਸ ਉੱਤੇ ਆ ਜੀ ਜੋ ਕਿ ਰੇਪ ਕੇਸ ਹੋਇਆ ਵਾ ਵਾ ਦਿੱਲੀ ਦੇ ਵਿੱਚ ਜਿਹੜਾ ਹੋਇਆ ਸੀਗਾ ਜੀ ਦਾਮਨੀ ਉਹ ਰੇਪ ਨੇ ਦੁਨੀਆ ਹਲਾ ਕੇ ਰੱਖ ਦਿੱਤੀ ਸੀ ਅੱਜ ਵੀ ਜੇ ਅਸੀਂ ਸੋਚਦੇ ਨਾ ਉਸ ਰੇਪ ਤੇ ਬਾਰੇ ਤਾਂ ਮਨ ਕੰਬ ਜਾਂਦਾ ਜੀ ਦਿਲ ਡਹਿਲ ਜਾਂਦਾ ਕਿਉਂਕਿ ਮੇਰੇ ਆਪ ਨੇ ਆ ਤਿੰਨ ਬੇਟੀਆਂ ਨੇ ਜੀ ਮੇਰੀਆਂ ਉਰ ਮੈਂ ਨੇ ਪਿਆਰ ਦੇ ਨਾਲ ਉਹਨਾਂ ਨੂੰ ਪਾਲਦਾ ਜੀ ਮਰਿਆ ਨਹੀਂ ਪੁੰਦਾ ਜਦੋਂ ਬਾਹਰ ਆਇਆ ਕਰੂੰ ਮੈਨੂੰ ਪਤਾ ਮੈਂ ਸ਼ਾਮ ਨੂੰ ਘਰੇ ਜਾਣਾ ਵਾ ਬਟ ਫਿਰ ਵੀ ਤਿੰਨ ਵਾਰੀ ਚਾਰ ਵਾਰੀ ਪੰਜ ਵਾਰੀ ਮੈਂ ਗੱਲ ਕਰਦੇ ਕਰਤਾ ਜੂ ਉਹਨਾਂ ਨਾਲ ਠੀਕ ਹੈ ਰਾਤ ਨੂੰ ਜਦ ਤੱਕ ਉਹ ਸੌ ਨਹੀਂ ਜਾਂਦੀਆਂ ਤਦ ਤੱਕ ਸੋਣਾ ਨਹੀਂ ਫਿਰ ਰਾਤ ਨੂੰ ਉੱਠ ਉੱਠ ਦੇਖਣਾ ਵਾ ਕਿਤੇ ਛੋਟੀ ਕੁੜੀਆ ਵਾ ਜਿਹੜੀ ਉਹਨੇ ਆਪਣਾ ਵਾਸ਼ਰੂਮ ਨਾ ਕਰ ਦਿੱਤਾ ਹੋਵੇ ਤੇ ਮਾਂ ਉਹਨਾਂ ਦੇ ਸੁੱਤੀ ਤੇ ਮੈਂ ਥੱਲੇ ਉਹਨਾਂ ਦਾ ਕੱਪੜਾ ਜਿਹੜਾ ਉਹ ਸਾਫ਼ ਕਰਾਂ ਤੇ ਉਹ ਚੀਜ਼ਾਂ ਇੱਕ ਉਹ ਮੁੱਦਾ ਸੀ ਉਠਾਇਆ ਜੀ ਲੋਕਾਂ ਦੇ ਮੰਨ ਚ ਇਹ ਕਿ ਜਦੋਂ ਇਹ ਫਿਲਮ ਦੇ ਵਿੱਚ ਮੁੱਦਾ ਆਉਂਦਾ ਵਾ ਤੇ ਫਿਲਮ ਨਹੀਂ ਦੇਖਣੀ ਚਾਹੀਦੀ ਰੇਪ ਤੇ ਫਿਲਮ ਮੈਂ ਨਹੀਂ ਦੇਖਣੀ ਬਟ ਇਹ ਉਹ ਲੋਕਾਂ ਦੇ ਧਿਆਨ ਚ ਲਿਆਉਣਾ ਵਾ ਕਿ ਦੇਖੋ ਇਹ ਪੀੜਾ ਇਹ ਦਰਦ ਤੁਸੀਂ ਸੁਣਿਆ ਵਾ ਦੇਖਿਆ ਨਹੀਂ ਅਸੀਂ ਵਿਜ਼ੂਅਲ ਹੀ ਲੈ ਕੇ ਆ ਰਹੇ ਹਾਂ ਜੀ ਉਹ ਅਸੀਂ ਦਰਦ ਲੈ ਕੇ ਆ ਰਹੇ ਸਾਰੇ ਸਾਹਮਣੇ ਉਸ ਦਰਦ ਨੂੰ ਅਹਿਸਾਸ ਕੀਤਾ ਜਾਵੇ ਜਦ ਤੱਕ ਅਸੀਂ ਅਹਿਸਾਸ ਨਹੀਂ ਕਰਾਂਗੇ ਦੇਖ ਕੇ ਤੇ ਅਸੀਂ ਉਸ ਚੀਜ਼ ਦੇ ਵਿੱਚ ਉਤਰ ਨਹੀਂ ਸਕਦੇ ਵੜ ਨਹੀਂ ਸਕਦੇ ਤਦ ਤੱਕ ਐਸੀ ਘਟਨਾਵਾਂ ਹੁੰਦੇ ਰਹਿਣਗੇ ਜਦ ਤੱਕ ਅਸੀਂ ਵੜਾਂਗੇ ਨਹੀਂ ਜਦ ਤੱਕ ਅਸੀਂ ਉਤਰਾਂਗੇ ਨਹੀਂ ਬਿਲਕੁਲ ਤੁਹਾਡੇ ਕਿਰਦਾਰ ਕੀ ਕਹਿੰਦਾ ਹੈ ਇਸ ਫਿਲਮ ਦੇ ਵਿੱਚ ਕੀ ਕਹਾਣੀ ਹੈ ਇਸ ਕਿਰਦਾਰ ਦੀ ਇਸ ਕਿਰਦਾਰ ਜੋ ਦੱਸਿਆ ਜੀ ਇੱਕ ਐਮਐਲਏ ਦਾ ਬੇਟਾ ਦੱਸਿਆ ਜੋ ਨੈਗੇਟਿਵ ਸ਼ੀਲਡ ਹੈ ਮੇਰਾ ਇਹਦੇ ਵਿੱਚ ਔਰ ਯੂਥ ਜੋ ਕਿ ਆਪਣਾ ਬਾਬ ਦੇ ਸਿਰ ਉੱਤੇ ਜਦੋਂ ਹੱਥ ਹੋਵੇ ਕਿ ਇੱਕ ਐਮਐਲਏ ਆ ਜਾਂ ਫਲਾਣਾ ਆ ਜਾਂ ਵੱਡਾ ਹੈ ਜਾਂ ਛੋਟਾ ਹੈ ਜਾਂ ਕਿਦਾਂ ਦਾ ਵੀ ਹੈ ਤਾਂ ਉਹ ਗਲਤ ਹਰਕਤਾਂ ਦੇ ਵਿੱਚ ਉਤਰ ਆਉਂਦਾ ਹੈ ਤੇ ਇਹੀ ਫਿਲਮ ਦਾ ਜਿਹੜਾ ਨੈਗੇਟਿਵ ਸ਼ੇਡ ਕਰੈਕਟਰ ਹੈ ਮਤਲਬ ਜੋ ਕਰਦਾ ਵਾ ਸਾਰਾ ਗੜਬੜ ਹੁੰਦੀ ਆ ਜਾਂ ਸਿਸਟਮ ਨੂੰ ਵੀ ਉਹਦੇ ਮੁਤਾਬਿਕ ਚੱਲਣਾ ਪੈਂਦਾ ਵਾ ਇਹ ਕਰੈਕਟਰ ਦਾ ਉਹ ਸ਼ੇਡ ਹੈ ਜੀ 500 ਦੇ ਕਰੀਬ ਗਾਣਿਆਂ ਦੇ ਵਿੱਚ ਤੁਸੀਂ ਮਾਰਟਿੰਗ ਕੀਤੀ ਆ ਅਤੇ ਕਿੰਨੇ ਸਾਲਾਂ ਤੋਂ ਤੁਸੀਂ ਹੁਣ ਫਿਲਮਾਂ ਦੇ ਵਿੱਚ ਵੀ ਕਿਰਦਾਰ ਕਰਦੇ ਆ ਰਹੇ ਹੋ ਖਦੀ ਇਦਾਂ ਹੋਇਆ ਕਿ ਕਿਸੇ ਫਿਲਮ ਨੂੰ ਕਰਨ ਤੋਂ ਬਾਅਦ ਕਰੈਕਟਰ ਤੁਸੀਂ ਨਹੀਂ ਬਾ ਚੁੱਕਿਓ ਰਿਲੀਜ਼ ਵੀ ਹੋ ਚੁੱਕਿਆ ਪਰ ਉਹਦਾ ਜੋ ਔਰਾ ਸੀਗਾ ਉਹ ਕਈ ਮਹੀਨਿਆਂ ਤੱਕ ਤੁਹਾਡੇ ਨਾਲ ਰਿਹਾ ਜਾਂ ਅੱਜ ਵੀ ਤੁਹਾਡੇ ਨਾਲ ਹੈ ਜਦੋਂ ਦੇਖੋ ਜੀ ਔਰਾ ਜਿਹਦਾ ਆਪਾਂ ਜੋ ਕੰਮ ਕਰਦੇ ਆਂ ਕੋਈ ਵੀ ਫਿਲਮ ਕਰਦੇ ਆਂ ਜੀ ਔਰਾ ਉਹਦਾ ਬਣਿਆ ਰਹਿੰਦਾ ਕਿਉਂਕਿ ਦਰਸ਼ਕ ਜਿਹੜੇ ਨੇ ਜਦੋਂ ਮਿਲਦੇ ਨੇ ਉਸ ਨਾਮ ਦੇ ਨਾਲ ਜੋ ਤੁਹਾਨੂੰ ਆਵਾਜ਼ ਮਾਰਦੇ ਜੋ ਫਿਲਮੀ ਕਰੈਕਟਰ ਜਿਹੜਾ ਸੀਗਾ ਉਸ ਕਰੈਕਟਰ ਦੇ ਨਾਮ ਦੇ ਨਾਲ ਉਸ ਪਾਤਰ ਦੇ ਨਾਮ ਨਾਲ ਤੁਹਾਨੂੰ ਆਵਾਜ਼ ਮਾਰਦੇ ਨੇ ਤੇ ਉਹ ਨਾਲ ਦੀਆਂ ਸਾਰੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ ਬਿਲਕੁਲ ਹਸ਼ਰ ਫਿਲਮ ਨੂੰ ਤੁਸੀਂ ਦੇਖ ਲਓ ਜੀ ਮੋਸਟਲੀ ਲੋਕ ਜਿਹੜੇ ਨੇ ਉਹ ਬਾਵੇ ਦੇ ਕਰੈਕਟਰ ਦੇ ਨਾਮ ਨਾਲ ਜਾਣਦੇ ਨੇ ਜੀ ਮੈਨੂੰ ਮੋਸਟਲੀ ਅੱਜ ਵੀ ਕਹਿੰਦੇ ਕਿ ਉਹ ਬਾਵਾ ਜਾ ਰਿਹਾ ਹਸ਼ਰ ਫਿਲਮ ਦਾ ਬਾਵਾ ਵਿਕਟਰ ਜੌਨ ਨਾਮ ਤੋਂ ਬਹੁਤ ਘੱਟ ਲੋਕ ਜਾਣੂ ਨੇ ਫਿਰ ਤੁਸੀਂ ਇਹ ਲਓ ਕਿ ਜਿਹੜਾ ਇਹ ਇਹ ਚੀਜ਼ ਹੈਗੀ ਔਰ ਅੱਜ ਵੀ ਬਣਿਆ ਹੋਇਆ ਮੈਂ ਗੱਲ ਕਰਾਂਗਾ ਜੇ ਮਿੱਟੀ ਫਿਲਮ ਦੀ ਜੀ ਮਿੱਟੀ ਫਿਲਮ ਇੱਕੋ ਸਿਨੇਮਾ ਸਾਡਾ ਇੱਕੋ ਸਕਰੀਨ ਲਿਆ ਕੇ ਸਾਡੇ ਸਾਹਮਣੇ ਖੜੀ ਕੀਤੀ ਸੀ ਜਯੰਤेंद्र ਮਹੋਰਜੀ ਨੇ ਕਿ ਅੱਜ ਵੀ ਤੁਸੀਂ ਦੇਖ ਲਓ ਕਿੰਨੇ ਸਾਲ ਹੋ ਚੁੱਕੇ ਫਿਲਮ ਨੂੰ ਲੇਕਿਨ ਅੱਜ ਵੀ ਉਸ ਮਿੱਟੀ ਫਿਲਮ ਦੇ ਡਾਇਲੋਗ ਲੋਕ ਬੋਲਦੇ ਨੇ ਤੁਹਾਨੂੰ ਕਿਤੇ ਨਾ ਕਿਤੇ ਫੇਸਬੁੱਕ ਤੇ ਕਮੈਂਟ ਦੇ ਵਿੱਚ ਜਿਹੜੇ ਆ ਉਹ ਪੜਨ ਨੂੰ ਮਿਲ ਜਾਣਗੇ ਜਾਂ ਕੋਈ ਨਾ ਕੋਈ ਬੋਲ ਰਿਹਾ ਵਾ ਕਿਤਨਾ ਕਿਤੇ ਬੋਲ ਰਿਹਾ ਵਾ ਤੁਹਾਨੂੰ ਉਹ ਵੀ ਸੁਣਨ ਨੂੰ ਮਿਲ ਜਾਣਗੇ ਸੋ ਇਹ ਮਿੱਟੀ ਫਿਲਮ ਦਾ ਇੱਕ ਸੀਨ ਸੀਗਾ ਸਾਡੇ ਸੈਮੂਲ ਜੋਨ ਜੀ ਜੀ ਮੈਂ ਉਹਨਾਂ ਦੀ ਵੀ ਗੱਲ ਕਰਦਾ ਇਹ ਜਦੋਂ ਉਹਨਾਂ ਨੇ ਵਰਕਸ਼ਾਪ ਲਾਈ ਹੈ ਜਤਿੰਦਰ ਮੋਰ ਜੀ ਤੇ ਸੈਮੂਲ ਜੋਨ ਜੀ ਇਹਨਾਂ ਨੇ ਵਰਕਸ਼ਾਪ ਜਦ ਲਗਾਈ ਹੈ ਤੇ ਅਸੀਂ ਸੈੱਟ ਤੇ ਚਲੇ ਗਏ ਆ ਵਰਕਸ਼ਾਪ ਤੋਂ ਬਾਅਦ ਉਹ ਸੀਨ ਕਰ ਰਹੇ ਆ ਜੀ ਜਿੱਥੇ ਮੇਰੇ ਕਿਰਦਾਰ ਦਾ ਨਾਮ ਜਿਹੜਾ ਸੀਗਾ ਉਹ ਟੁੰਡਾ ਟੁੰਡਾ ਆਪਣੇ ਮਾਂ ਨੂੰ ਛੱਡ ਕੇ ਜਾ ਰਿਹਾ ਯਾਰਾਂ ਦੇ ਨਾਲ ਹਲਕਾ ਜਿਹਾ ਇੱਕ ਡਾਇਲੋਗ ਹੈ ਜੀ ਜੋ ਪਿੰਡ ਸੀਗਾ ਪਿੰਡ ਛੱਤਾਂ ਉੱਤੇ ਚੜ ਕੇ ਦੇਖ ਰਿਹਾ ਹੈ ਉਹ ਵੀ ਰੋ ਪਈ ਸੀ ਔਰ 1 ਘੰਟੇ ਤੱਕ ਮੈਂ ਉਸ ਸੀਨ ਤੋਂ ਬਾਹਰ ਨਹੀਂ ਨਿਕਲਿਆ 1 ਘੰਟਾ ਮੈਂ ਰੋਂਦਾ ਰਿਆ इवन ਜੋ ਸਾਡਾ ਲਾਈਟ ਆਉਣਾ ਟਰੱਕ ਸੀ ਉਹਦੇ ਵਿੱਚ ਵੜ ਗਿਆ ਸੀ ਮੈਂ ਉਹਦੇ ਵਿੱਚ ਵੜ ਕੇ ਰੋਂਦਾ ਰਿਆ ਮੈਂ ਇਹ ਤਿੰਨ ਤੱਕ ਫਿਰ ਜਤਿੰਦਰ ਮਹਰਜੀ ਆਏ ਉਹਨਾਂ ਨੇ ਬੜੇ ਪਿਆਰ ਨਾਲ ਗੱਲ ਨਾਲ ਆਇਆ इवन ਜੋ ਸੈਮੂਲ ਜੋਨ ਜੀ ਸੀਗੇ ਉਹਨਾਂ ਨੇ ਬੜੇ ਕੁੱਟ ਕੇ ਗੱਲ ਦੇ ਨਾਲ ਲਾਇਆ ਉਸ ਚੀਜ਼ ਤੋਂ ਮੈਨੂੰ ਕੱਢਣ ਵਾਸਤੇ ਅੱਜ ਵੀ ਜੇ ਕਦੇ ਯਾਦ ਹੁੰਦਾ ਮੇਰਾ ਗਲਾ ਭਰ ਗਿਆਈ ਇਹ ਫਿਰ ਦੱਸਣ ਲੱਗਿਆ ਕਿਉਂਕਿ ਮਾਂ ਤੋਂ ਜਦੋਂ ਅਸੀਂ ਜੁਦਾ ਹੁੰਨੇ ਆ ਇੱਕੋ ਗੱਲ ਆ ਜਾਂਦੀ ਸਾਹਮਣੇ ਨਾਲ ਜੀ ਜੀ ਬਿਲਕੁਲ ਉਹ ਯਾਦ ਮਤਲਬ ਜਦੋਂ ਆਉਂਦੀ ਹੈ ਨਾ ਜੀ ਰੋਕ ਨਹੀਂ ਪੰਦਾ ਜੀ ਜਸ ਮਤਲਬ ਹੁਣ ਵੀ ਮਤਲਬ ਆ ਰੀਅਲੀ ਹੋ ਗਿਆ ਹੈ ਨਾ ਇਹ ਤਾਂ ਜੀ 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 ਬਿਲਕੁਲ ਮਤਲਬ ਨਿਕਲ ਨਹੀਂ ਪਉਂਦੇ ਅੱਜ ਵੀ ਜਦੋਂ ਕੋਈ ਗੱਲ ਕਰਦਾ ਤੇ ਉਹ ਜਿਸ ਸੀਨ ਹੁੰਦਾ ਤੇ ਮਤਲਬ ਬਹੁਤ ਯਾਦ ਆ ਜਾਂਦੀ ਉਸ ਸੀਨ ਦੀ ਉਹ ਹੋਰੇ ਤੋਂ ਨਹੀਂ ਨਿਕਲੇ ਜਾਂਦਾ ਜੀ ਜੀ ਮਿਲਕੋ ਬਹੁਤ ਕਮਾਲ ਦੀ ਤੁਸੀਂ ਅਦਾਕਾਰੋਂ ਭਾਜੀ ਤੇ ਸਾਡੀ ਹਮੇਸ਼ਾ ਇੱਛਾ ਰਹੇਗੀ ਕਿ ਜਿਵੇਂ ਮੈਂ 18 ਸਾਲਾਂ ਤੋਂ ਤੁਹਾਨੂੰ ਦੇਖਦੀ ਆ ਰਹੀ ਹਾਂ ਅਤੇ ਸਾਡੀ ਜਿਹੜੀ ਨੈਕਸਟ ਜਨਰੇਸ਼ਨ ਆ ਰਹੀ ਆ ਉਹ ਵੀ ਤੁਹਾਨੂੰ ਹਮੇਸ਼ਾ ਸਿਨੇਮੇ ਦੇ ਰਾਹੀ ਜਾਂ ਫਿਰ ਕਿਸੇ ਨਾ ਕਿਸੇ ਮਾਧਿਅਮ ਦੇ ਰਾਹੀ ਦੇਖਦੀ ਰਹੇ ਅਦਾਕਾਰੀ ਕਰਦੇ ਹੋਇਆ ਹੋਇਆ ਹੋਰ ਅੱਗੇ ਕੀ ਪਲਾਨਸ ਨੇਗੇ ਤੁਹਾਡੇ ਕਿਉਂਕਿ ਇਹ ਫਿਲਮ ਤੇ 2 ਨਵੰਬਰ ਨੂੰ ਜਨਰਦੀ ਤੁਹਾਡੀ ਰਿਲੀਜ਼ ਹੋ ਰਹੀ ਆ ਅੱਗੇ ਕੀ ਕਰ ਰਹੇ ਹੋ ਹੋਰ ਅੱਗੇ ਚੱਲ ਰਿਹਾ ਜੀ سلسلہ ਆਪਣਾ 3-4 ਫਿਲਮਾਂ ਨੇ ਪਾਈਪਲਾਈਨ ਚ ਆ ਵੈਬ ਸੀਰੀਜ਼ ਚੱਲ ਰਹੀ ਹੈ ਜੀ ਗੈਂਗਲੈਂਡ ਬਟ ਫਿਲਹਾਲ ਫੁੱਲ ਫੋਕਸ ਜੋ ਹੈ ਉਹ ਜਿੰਦੜੀ ਤੇ ਆ ਕਿਉਂਕਿ ਜਿੰਦੜੀ ਇੱਕ ਸਭ ਦੇ ਲਈ ਸਨੇਹਾ ਵਾ ਇੱਕ ਜੋ ਹੈ ਕਿ ਚੇਂਜ ਆ ਸਭ ਦੇ ਲਈ ਔਰ ਇੰਡਸਟਰੀ ਦੇ ਲਈ ਤੇ ਉਸ ਵੱਲ ਹੀ ਫੋਕਸ ਲੱਗਾ ਹੋਇਆ ਉਸ ਲਈ ਧਿਆਨ ਹੈ ਕਿਉਂਕਿ ਇਸ ਫਿਲਮ ਤੋਂ ਹਰ ਪਾਤਰ ਨੂੰ ਬੜੀ ਉਮੀਦ ਆ ਔਰ ਹਰ ਪਾਤਰ ਜੋ ਹੈ ਕਿ ਉਹ ਦਰਸ਼ਕਾਂ ਦੁਆਰਾ ਸਲਾਹਿਆ ਜਾਏਗਾ ਬਿਲਕੁਲ ਤੇ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਅਗਰ ਪ੍ਰੋਡਿਊਸਰ ਨੇ ਇੰਨਾ ਭਰੋਸਾ ਜਿਤਾਇਆ ਕਿ ਇਹ ਸਹੀ ਟਾਈਮ ਹੈਗਾ ਫਿਲਮ ਨੂੰ ਰਿਲੀਜ਼ ਕਰਨ ਦੇ ਲਈ ਤਾਂ ਵਾਕਈ ਉਹਨਾਂ ਦੇ ਭਰੋਸੇ ਦਾ ਵੀ ਮੁੱਲ ਪੈਣਾ ਚਾਹੀਦਾ ਸਾਡੇ ਦਰਸ਼ਕ ਜ਼ਰੂਰ ਆਪਣੇ ਪਰਿਵਾਰਾਂ ਸਮੇਤ ਟਾਈਮ ਕੱਢਣ ਇਸ ਫਿਲਮ ਨੂੰ 2 ਨਵੰਬਰ ਨੂੰ ਹੀ ਰਿਲੀਜ਼ ਹੋ ਰਹੀ ਹੈ ਜ਼ਰੂਰ ਵੇਖਣ ਜਾਣ ਜਦੋਂ ਜਦੋਂ ਤੁਹਾਡਾ ਟਾਈਮ ਲੱਗਦਾ ਭਾਜੀ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਅਤੇ ਆਪਣੇ ਕੈਰੀਅਰ ਨੂੰ ਦੇ ਬਾਰੇ ਬਹੁਤ ਲੰਮਾ ਟਾਈਮ ਅਤੇ ਬਹੁਤ ਥੋੜੇ ਸਮੇਂ ਦੇ ਵਿੱਚ ਤੁਸੀਂ ਸਾਡੇ ਨਾਲ ਗੱਲਾਂ ਕੀਤੀ ਉਹਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਐਂਡ ਵੀ ਵਿਸ਼ ਯੂ ਗੁੱਡ ਲੱਕ ਥੈਂਕ ਯੂ ਥੈਂਕ ਯੂ ਵੈਰੀ ਮੱਚ ਨਿਊਜ਼ ਨੰਬਰ ਚੈਨਲ ਨੂੰ ਹੱਥ ਜੋੜ ਕੇ ਸਾਰੀ ਟੀਮ ਨੂੰ ਬਹੁਤ-ਬਹੁਤ ਧੰਨਵਾਦ ਦਿੰਦਾ ਹੋਇਆ ਰਬ ਰੱਖਾ ਜਸਤੂ ਇਸ ਸੰ ਸਾਡੇ ਨਾਲ ਅਦਾਕਾਰ ਵਿਕਟਰ ਚੌਨਹਰੀ ਜਿਨ੍ਹਾਂ ਦੇ ਨਾਲ ਅੱਜ ਸੀ ਗੱਲਬਾਤ ਕਰ ਰਹੇ ਸੀ ਉਹਨਾਂ ਦੀ ਆਉਣ ਵਾਲੀ ਫਿਲਮ ਜਿੰਦੜੀ ਦੇ ਬਾਰੇ 2 ਨਵੰਬਰ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ ਇੱਕ ਵਾਰ ਫਿਰ ਤੁਹਾਨੂੰ ਦੱਸ ਰਹੀ ਹਾਂ ਸੋ ਜ਼ਰੂਰ ਜਾਇਓ ਸਮਾਂ ਕੱਢ ਕੇ ਉਮੀਦ ਹੈ ਕਿ ਤੁਸੀਂ ਅੱਜ ਦੀ ਇਸ ਗੱਲਬਾਤ ਨੂੰ ਪਸੰਦ ਕਰੋਗੇ ਬਾਕੀ ਮੈਨੂੰ ਗੁਰਦੀਪ ਗਰੇਵਾਲ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ ਆਪਾਂ ਫਿਰ ਮਿਲਦੇ ਹਾਂ ਰਬ ਰੱਖਾ